ਇਰਾਕ ਦੀ ਸੰਸਦ ਨੇ ਇੱਕ ਮਤਾ ਪਾਸ ਕਰਕੇ ਸਾਰੇ ਵਿਦੇਸ਼ੀ ਫੌਜੀਆਂ ਨੂੰ ਮੁਲਕ ਛੱਡਣ ਲਈ ਕਿਹਾ ਹੈ। ਇਰਾਨੀ ਮਿਲਟਰੀ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਅਮਰੀਕਾ ਨੇ ਸ਼ੁੱਕਰਵਾਰ ਨੂੰ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਇਰਾਕ ਦੀ ਸੰਸਦ ਨੇ ਇਹ ਪ੍ਰਸਤਾਵ ਪਾਸ ਕੀਤਾ। ਇਰਾਕ ਵਿੱਚ ਅਜੇ ਵੀ ਅਮਰੀਕਾ ਦੇ 5000 ਸੈਨਿਕ ਨੇ। ਸੰਸਦ ਨੇ ਇਹ ਵੀ ਕਿਹਾ ਹੈ ਕਿ ਵਿਦੇਸ਼ੀ ਤਾਕਤਾਂ ਨੂੰ ਇਰਾਕ ਦੀ ਧਰਤੀ, ਹਵਾਈ ਖੇਤਰ ਅਤੇ ਜਲ ਖੇਤਰ ਦੀ ਵਰਤੋਂ ਤੋਂ ਰੋਕਿਆ ਜਾਵੇ। ਇਰਾਕ ਦੀ ਸੰਸਦ ਨੇ ਵੀ ਸਰਕਾਰ ਨੂੰ ਅਮਰੀਕੀ ਫੌਜ ਦੀ ਹਰ ਮਦਦ ਬੰਦ ਕਰਨ ਲਈ ਕਿਹਾ ਹੈ। ਅਲ ਅਰੇਬੀਆ ਦੇ ਅਨੁਸਾਰ ਇਰਾਕ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਅਬਦੁਲ ਮਹਿਦੀ ਨੇ ਕਿਹਾ ਹੈ ਕਿ ਇਰਾਕ ਤੋਂ ਵਿਦੇਸ਼ੀ ਫੌਜਾਂ ਦੀ ਮੌਜੂਦਗੀ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਅੰਦਰੂਨੀ ਅਤੇ ਬਾਹਰੀ ਸਮੱਸਿਆਵਾਂ ਹਨ, ਪਰ ਇਰਾਕ ਉਹਨਾਂ ਨਾਲ ਖੁਦ ਨਜਿੱਠੇਗਾ। ਇਰਾਕੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਰਾਨੀ ਫੌਜੀ ਕਮਾਂਡਰ ਦੀ ਹੱਤਿਆ ਇੱਕ ਰਾਜਨੀਤਿਕ ਕਤਲੇਆਮ ਹੈ। ਹਾਲਾਂਕਿ ਇਸ ਪ੍ਰਸਤਾਵ ਦਾ ਅਮਰੀਕੀ ਸੈਨਿਕਾਂ ਦੀ ਮੌਜੂਦਗੀ ਉੱਤੇ ਕੋਈ ਅਸਰ ਨਹੀਂ ਹੋਵੇਗਾ। ਜੇ ਵਿਦੇਸ਼ੀ ਫੌਜਾਂ ਨੂੰ ਇਰਾਕ ਬਾਹਰ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਇਸ ਲਈ ਨਵਾਂ ਬਿੱਲ ਲਿਆਉਣਾ ਪਵੇਗਾ ਤਾਂ ਜੋ ਸਮਝੌਤੇ ਨੂੰ ਖਤਮ ਕੀਤਾ ਜਾ ਸਕੇ।